ਕੀ ਤੁਹਾਨੂੰ ਪਤਾ ਹੈ ਕਿ 60 ਸਾਲ ਦੀ ਉਮਰ ਤੱਕ ਤੁਹਾਡੀ ਸਵਾਦ ਨੂੰ ਪਰਖਣ ਦੀ ਸ਼ਕਤੀ ਅੱਧੀ ਰਹਿ ਜਾਂਦੀ ਹੈ ਇਸ ਲਈ ਬੱਚੇ ਸਭ ਤੋਂ ਜ਼ਿਆਦਾ ਟੇਸਟ ਨੂੰ ਪਰਖ ਸਕਦੇ ਹਨ ਜਦੋਂ ਅਸੀਂ ਛਿੱਕ ਮਾਰਦੇ ਹਾਂ ਸਾਡੇ ਨੱਕ ਅਤੇ ਮੂੰਹ ਦੇ ਵਿੱਚੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਬਾਹਰ ਨਿਕਲਦੀ ਹੈ ਕਦੇ ਵੀ ਛਿੱਕ ਨੂੰ ਰੋਕਣਾ ਨਹੀਂ ਚਾਹੀਦਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਗਲੇ ਦੇ ਵਿੱਚ ਵੀ ਸਰਾਖ ਹੋ ਸਕਦਾ ਹੈ ਸਾਡਾ ਦਿਮਾਗ ਯਾਨੀ ਕਿ ਬ੍ਰੇਨ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਚੱਲਦਾ ਹੈ ਤੇ ਜ਼ਿਆਦਾ ਸੁਪਨੇ ਲੈਣ ਵਾਲੇ ਇਨਸਾਨ ਦਾ ਦਿਮਾਗ ਵੀ ਜ਼ਿਆਦਾ ਤੇਜ਼ ਚੱਲਦਾ ਹੈ ਤੇ ਸੁਪਨਿਆਂ ਦੇ ਉੱਪਰ ਹੋਈ ਇੱਕ ਸਟੱਡੀ ਦੇ ਵਿੱਚ ਇਹ ਚੀਜ਼ ਪਤਾ ਲੱਗੀ ਹੈ ਕਿ ਜੇਕਰ ਤੁਸੀਂ ਠੰਡੇ ਕਮਰੇ ਦੇ ਵਿੱਚ ਸੌਵੋਗੇ ਤਾਂ ਤੁਹਾਨੂੰ ਡਰਾਵਣੇ ਸੁਪਨੇ ਆਉਣਗੇ ਅਜਿਹਾ ਕਿਉਂ ਹੁੰਦਾ ਹੈ ਇਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਰੋਜ਼ ਇਨਸਾਨ ਦੇ ਔਸਤਨ 60 ਤੋਂ 100 ਵਾਲ ਡਿੱਗਦੇ ਹਨ ਤੇ ਉਨੇ ਹੀ ਨਵੇਂ ਉੱਗ ਆਉਂਦੇ ਹਨ ਪਰ ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਔਰਤਾਂ ਦੇ ਵਾਲ ਮਰਦਾਂ ਦੇ ਮੁਕਾਬਲੇ 50 ਗੁਣਾ ਜ਼ਿਆਦਾ ਪਤਲੇ ਹੁੰਦੇ ਨੇ ਇਸ ਲਈ ਲੇਡੀਜ਼ ਦੇ ਮੁਕਾਬਲੇ ਆਦਮੀਆਂ ਦੇ ਵਾਲ 2 ਗੁਣਾ ਮੋਟੇ ਹੁੰਦੇ ਨੇ ਤੇ ਹਵਾਈ ਜਹਾਜ਼ ਦਾ ਸਫ਼ਰ ਕਰਦੇ ਸਮੇਂ ਵਾਲ ਦੁੱਗਣੀ ਤੇਜ਼ੀ ਦੇ ਨਾਲ ਵੱਧਦੇ ਹਨ ਅਜਿਹਾ ਗ੍ਰੈਵਿਟੀ ਦੇ ਕਾਰਨ ਹੁੰਦਾ ਹੈ ਬੱਚਿਆਂ ਦੇ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਉਹਨਾਂ ਦੀ ਅੱਖਾਂ ਦਾ ਰੰਗ ਨੀਲਾ ਜਾਨੀ ਕਿ ਬਲੂ ਹੁੰਦਾ ਹੈ ਸਮੇਂ ਦੇ ਨਾਲ ਜਦੋਂ ਮਾਤਾ ਪਿਤਾ ਦੇ ਜੀਨਸ ਬੱਚੇ ਦੇ ਵਿੱਚ ਮਿਲਦੇ ਨੇ ਤਾਂ ਬੱਚੇ ਦੀਆਂ ਅੱਖਾਂ ਦਾ ਰੰਗ ਮਾਂ-ਬਾਪ ਦੀਆਂ ਅੱਖਾਂ ਵਰਗਾ ਹੋ ਜਾਂਦਾ ਹੈ ਸਾਡੇ ਜਨਮ ਦੇ ਸਮੇਂ ਸਾਡੇ ਸਰੀਰ ਦੇ ਵਿੱਚ 213 ਹੱਡੀਆਂ ਹੁੰਦੀਆਂ ਨੇ ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਤਾਂ ਇਹ ਹੱਡੀਆਂ ਆਪਸ ਦੇ ਵਿੱਚ ਜੁੜਦੀਆਂ ਰਹਿੰਦੀਆਂ ਨੇ ਤੇ ਜਦੋਂ ਇਨਸਾਨ ਜਵਾਨ ਹੋ ਜਾਂਦਾ ਹੈ ਤਾਂ ਸਾਡੇ ਸਰੀਰ ਦੇ ਵਿੱਚ ਸਿਰਫ 206 ਹੱਡੀਆਂ ਰਹਿ ਜਾਂਦੀਆਂ ਨੇ ਸਾਡੇ ਸਰੀਰ ਦੀ ਸਭ ਤੋਂ ਮਜ਼ਬੂਤ ਹੱਡੀ ਲੱਤਾਂ ਦੀ ਬੀਮਰ ਬੋਨ ਹੁੰਦੀ ਹੈ ਤੇ ਇਨਸਾਨੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਵੀ ਇਹੀ ਹੈ ਜਿਹੜੀ ਇੱਕ ਸਟੀਲ ਦੀ ਪਾਈਪ ਤੋਂ ਵੀ ਕਿਤੇ ਜ਼ਿਆਦਾ ਮਜ਼ਬੂਤ ਹੁੰਦੀ ਹੈ ਤੇ ਇਨਸਾਨ ਦੀ ਖੋਪੜੀ ਅਲੱਗ-ਅਲੱਗ 29 ਹੱਡੀਆਂ ਤੋਂ ਮਿਲ ਕੇ ਬਣਦੀ ਹੈ ਜਿਸ ਤਰ੍ਹਾਂ ਹਰ ਇੱਕ ਇਨਸਾਨ ਦੇ ਹੱਥਾਂ ਦੀਆਂ ਉਂਗਲੀਆਂ ਦੇ ਪ੍ਰਿੰਟ ਅਲੱਗ-ਅਲੱਗ ਹੁੰਦੇ ਨੇ ਉਸੇ ਤਰ੍ਹਾਂ ਹੀ ਹਰ ਇੱਕ ਇਨਸਾਨ ਦੀ ਜੀਭ ਦੇ ਪ੍ਰਿੰਟ ਵੀ ਅਲੱਗ-ਅਲੱਗ ਹੁੰਦੇ ਨੇ ਯਾਨੀ ਕਿ ਜਿੱਦਾਂ ਦੀ ਜੀਭ ਤੁਹਾਡੀ ਹੈ ਉਸ ਵਰਗੀ ਜੀਭ ਪੂਰੀ ਦੁਨੀਆ ਦੇ ਵਿੱਚ ਕਿਸੇ ਦੀ ਨਹੀਂ ਹੋਵੇਗੀ ਧਰਤੀ ਤੇ ਮੌਜੂਦ ਹਰ ਇੱਕ ਜੀਵ ਦੇ ਮੁਕਾਬਲੇ ਕੱਲਾ ਇਨਸਾਨ ਹੀ ਇੱਕ ਅਜਿਹਾ ਜੀਵ ਹੈ ਜਿਸ ਦੇ ਦਿਮਾਗ ਦਾ ਸਾਈਜ਼ ਤੇ ਵਜ਼ਨ ਤੇ ਉਸਦੀ ਬਾਡੀ ਜਾਂ ਕਈ ਉਸਦੇ ਸਰੀਰ ਦੇ ਮੁਕਾਬਲੇ ਬਹੁਤ ਵੱਡਾ ਹੁੰਦਾ ਹੈ ਇਹੀ ਕਾਰਨ ਹੈ ਕਿ ਇਨਸਾਨ ਦਾ ਦਿਮਾਗ ਇੰਨਾ ਤੇਜ਼ ਚੱਲਦਾ ਹੈ ਔਸਤਨ ਇਨਸਾਨ ਦੇ ਦਿਮਾਗ ਦਾ ਵਜ਼ਨ 1400 ਗ੍ਰਾਮ ਹੁੰਦਾ ਹੈ ਜਿਹੜਾ ਕਿ ਸਾਡੇ ਭਾਰ ਦਾ ਤਕਰੀਬਨ 2% ਬਣਦਾ ਹੈ ਇਨਸਾਨ ਦੇ ਦਿਮਾਗ ਦੇ ਵਿੱਚ ਇੰਨੇ ਜ਼ਿਆਦਾ ਨਿਊਰੋਨ ਹੁੰਦੇ ਹਨ ਜੇਕਰ ਤੁਸੀਂ ਉਹਨਾਂ ਨੂੰ ਪ੍ਰਤੀ ਸੈਕਿੰਡ 1 ਨਿਊਰੋਨ ਨੂੰ ਵੀ ਗਿਣੋ ਤਾਂ ਵੀ ਤੁਹਾਨੂੰ ਪੂਰੇ ਨਿਊਰੋਨ ਗਿਣਨ ਦੇ ਲਈ 3200 ਸਾਲ ਲੱਗ ਜਾਣਗੇ ਇੱਕ ਇਨਸਾਨ ਆਪਣੇ ਪੂਰੇ ਜੀਵਨ ਦੇ ਵਿੱਚ 33000 ਕਿਲੋ ਖਾਣਾ ਖਾ ਜਾਂਦਾ ਹੈ ਜਿਹੜਾ ਕਿ 7 ਹਾਥੀਆਂ ਦੇ ਵਜ਼ਨ ਦੇ ਬਰਾਬਰ ਹੁੰਦਾ ਹੈ ਤੁਹਾਡਾ ਮੂੰਹ ਹਰ ਰੋਜ਼ ਅੱਧਾ ਲੀਟਰ ਥੁੱਕ ਬਣਾਉਂਦਾ ਹੈ ਜੇਕਰ ਤੁਹਾਡਾ ਥੁੱਕ ਤੁਹਾਡੇ ਖਾਣੇ ਦੇ ਵਿੱਚ ਨਾ ਮਿਲੇ ਤਾਂ ਤੁਹਾਨੂੰ ਖਾਣੇ ਦਾ ਟੇਸਟ ਵੀ ਨਹੀਂ ਆਵੇਗਾ ਇੱਕ ਆਮ ਇਨਸਾਨ ਆਪਣੇ ਪੂਰੇ ਜੀਵਨ ਦੇ ਵਿੱਚ 23000 ਲੀਟਰ ਥੁੱਕ ਬਣਾਉਂਦਾ ਹੈ ਇਹ ਇੰਨਾ ਜ਼ਿਆਦਾ ਹੁੰਦਾ ਹੈ ਜਿਸ ਦੇ ਨਾਲ 2 ਪਾਣੀ ਦੇ ਟੈਂਕਰ ਭਰ ਜਾਣਗੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਜਿਹਨੂੰ ਆਪਾਂ ਚੀਚੀ ਵੀ ਕਹਿੰਦੇ ਹਾਂ ਇਹ ਕਿਸੇ ਕੰਮ ਦੀ ਨਹੀਂ ਹੈ ਇੱਥੇ ਤੁਸੀਂ ਬਿਲਕੁਲ ਗਲਤ ਹੋ ਕਿਉਂਕਿ ਤੁਹਾਡੇ ਹੱਥ ਦੀ 50% ਤਾਕਤ ਇਹ ਛੋਟੀ ਉਂਗਲੀ ਜਾਂ ਕਹੀਏ ਚੀਚੀ ਦੇ ਵਿੱਚ ਹੀ ਹੁੰਦੀ ਹੈ ਸਾਡੀਆਂ ਅੱਖਾਂ ਦੇ ਉੱਪਰ ਜਿਹੜੀਆਂ ਪਲਕਾਂ ਨੇ ਇਸ ਦੇ ਵਿੱਚ ਜਿਹੜੇ ਮਸਲ ਨੇ ਇਹ ਇਨਸਾਨੀ ਸਰੀਰ ਦੇ ਵਿੱਚ ਮੌਜੂਦ ਸਭ ਤੋਂ ਜ਼ਿਆਦਾ ਤੇਜ਼ ਮਸਲ ਹਨ ਜਿਹੜੀਆਂ ਕਿ 1 ਸੈਕਿੰਡ ਦੇ ਵਿੱਚ 4 ਤੋਂ 5 ਵਾਰ ਉੱਪਰ ਥੱਲੇ ਹੋ ਸਕਦੀਆਂ ਨੇ ਇਨਸਾਨ ਨੂੰ 90% ਬਿਮਾਰੀਆਂ ਟੈਨਸ਼ਨ ਦੇ ਕਾਰਨ ਹੁੰਦੀਆਂ ਨੇ ਜੇਕਰ ਤੁਸੀਂ ਵੀ ਲੰਬੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਟੈਨਸ਼ਨ ਲੈਣੀ ਛੱਡ ਦਿਓ ਅਹੀਂ ਅਸੀਂ ਆਪਣੀ ਧਰਤੀ ਦੇ ਉੱਤੇ ਸਭ ਤੋਂ ਤਕੜੇ ਜਾਂ ਸਭ ਤੋਂ ਤੇਜ਼ ਭੱਜਣ ਵਾਲੇ ਜੀਵ ਨਾ ਹੋਈਏ ਪਰ ਅਸੀਂ ਧਰਤੀ ਤੇ ਮੌਜੂਦ ਸਾਰੇ ਜੀਵਾਂ ਦੇ ਵਿੱਚੋਂ ਸਭ ਤੋਂ ਲੰਮਾ ਚੱਲ ਸਕਦੇ ਹਾਂ ਤੇਜ਼ ਦੌੜਨ ਵਾਲੇ ਬਹੁਤ ਸਾਰੇ ਜੀਵ ਨੇ ਉਹ ਥੋੜੀ ਦੇਰ ਤੱਕ ਤਾਂ ਤੇਜ਼ ਦੌੜ ਲੈਣਗੇ ਪਰ ਉਸ ਤੋਂ ਬਾਅਦ ਉਹ ਥੱਕ ਕੇ ਰੁਕ ਜਾਂਦੇ ਹਨ ਜਦਕਿ ਇਨਸਾਨ ਹੌਲੀ ਚੱਲ ਕੇ ਸਭ ਤੋਂ ਜ਼ਿਆਦਾ ਲੰਬੀ ਦੂਰੀ ਤੈਅ ਕਰ ਸਕਦਾ ਹੈ ਇਹ ਸਾਂਝੀ ਸਾਡੇ ਸਰੀਰ ਬਾਰੇ ਰੋਚਕ ਤੱਤ ਤੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਫੇਸਬੁੱਕ ਦੇ ਪੇਜ ਜੋ ਟੀਵੀ ਮੀਡੀਆ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ